ਕਾਲਜ ਵਾਲੀ ਉਹ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਆਪਣੀ ਸਾਰਿਆਂ ਦੀ ਗੱਲ ਆ ਬਈ ਉਹ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਉਹ ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਉਸ ਲੈਕਚਰ ਹਾਲ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆ ਕਿਉਂਕਿ ਬੈਂਦੇ ਲਾਸਟ ਬੈਂਚ ਤੇ ਉਸ ਲੈਕਚਰ ਹਾਲ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆ ਜਿੱਥੇ ਬੈਠ ਕਦੇ ਸੀ ਉਸ ਕੁੜੀ ਦਾ ਇੱਕ ਸੁਪਨਾ ਬੁਣਿਆ ਜਿੱਥੇ ਬੈਠ ਕਦੇ ਸੀ ਉਸ ਕੁੜੀ ਦਾ ਇੱਕ ਸੁਪਨਾ ਬੁਣਿਆ ਨਾ ਯਾਰ ਰਹੇ ਨਾ ਉਹ ਸਾਡੇ ਸਾਹ ਨਿਕਲੇ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਉਹ ਕੁਝ ਨੂੰ ਮਿਲ ਗਈ ਨੌਕਰੀ ਕੁਝ ਹੋ ਕੇ ਤਬਾਹ ਨਿਕਲੇ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਅਗਲੀ ਗੱਲ ਸਾਡਾ ਪੱਪੂ ਦੋ ਸਾਲਾਂ ਨੂੰ ਦੇਖਿਓ ਤੁਸੀਂ ਦੋ ਸਾਲਾਂ ਨੂੰ ਪੜਾਕਾ ਪਊਗਾ ਐਲਬਮ ਤੇ ਚੱਲ ਫਿਰ ਹੁਣ ਬਾਈ ਤੋਂ ਸੁਣ ਲਈਆ ਆਪਾਂ ਬਾਈ ਯਾਰ ਉਹ ਉਦੇ ਵਾਲਾ ਸੁਣਾ ਦੇ ਸੂਰਜ ਵਾਲਾ ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ ਸਾਡੇ ਬਾਂਦਰ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ ਪਸ਼ੂਆਂ ਦੇ ਜੈਸੀ ਹੋਣੀ ਸੀ ਨਾਨਕ ਹੈ ਵੀ ਉਹ ਸੀ ਵੀ ਪਰ ਸ਼ਾਇਦ ਹੋਣੀ ਨਹੀਂ ਸੀ ਫਰੂਟ ਆਫ ਨੌਲੇਜ ਖਾ ਐਡਮ ਤੇ ਈਵ ਨੂੰ ਪਿਆਰ ਨਾ ਹੁੰਦਾ ਫਰੂਟ ਆਫ ਨੌਲੇਜ ਖਾ ਐਡਮ ਤੇ ਈਵ ਨੂੰ ਭੇਦ ਨਾ ਖੁੱਲਦਾ ਪੈਦਾ ਸੰਸਾਰ ਨਾ ਹੁੰਦਾ ਦਾਦਾ ਪੜਦਾ ਤਾਂ ਤੇਰੀ ਮਾਂ ਤੇਰਾ ਪਿਓ ਤੇ ਤੂੰ ਵੀ ਨਾ ਹੁੰਦਾ ਭੈਣ ਭਰਾ ਨਾ ਹੁੰਦਾ ਕੋਈ ਰਿਸ਼ਤੇਦਾਰ ਨਾ ਹੁੰਦਾ ਧਰਤੀ ਦੀ ਇੱਕ ਚੀਰ ਕੇ ਕੌਣ ਉਹਦੇ ਚੋਂ ਅੰਨ ਉਗਾ ਲੈ ਸੁਚੇਤ ਨਾ ਹੁੰਦੇ ਚੱਟਦੀ ਜੂਨ ਸੁਧਰ ਜਾਂਦੀ ਜਾਂ ਹੁੰਦੀ ਐ ਤੂੰ ਹੀ ਮਾੜੀ ਰੱਬ ਹੀ ਜਾਣੇ ਕੀ ਹੁੰਦਾ ਓਏ ਜੇਕਰ ਖੇਤ ਨਾ ਹੁੰਦੇ ਕੌਣ ਸਕੂਲੇ ਜਾਂਦਾ ਜੇਕਰ ਉੱਥੇ ਗਿਆਨ ਨਾ ਹੁੰਦਾ ਸ਼ੇਰੋ ਸ਼ਾਇਰੀ ਨਾ ਇਸ਼ਕ ਬਿਆਨ ਨਾ ਹੁੰਦਾ ਫਲਾਂ ਨੂੰ ਕੌਣ ਨੂੰ ਲਾਉਂਦਾ ਜੇ ਕੱਚੇ ਰਹਿੰਦੇ ਪੱਕਦੇ ਨਾ ਹੁਸਨ ਦਾ ਕੀ ਰੁਤਬਾ ਹੁੰਦਾ ਵੇ ਜੇਕਰ ਆਸ਼ਿਕ ਲੱਗਦੇ ਨਾ ਬੇਈਮਾਨੀ ਨਾ ਹੁੰਦੀ ਈਮਾਨ ਕੀ ਹੁੰਦਾ ਨਫਾ ਨਾ ਹੁੰਦਾ ਤਾਂ ਨੁਕਸਾਨ ਕੀ ਹੁੰਦਾ